ਸੀ ਦੇਖੋ 3-400 ਬੰਦਾ ਕੱਲ ਲੜਕੇ ਦਾ ਸੀ ਬਾਕੀ ਕੋਈ ਮੀਟਿੰਗ ਨਹੀਂ ਹੁੰਦੀ ਇੱਕ ਘਰ ਚ ਸੱਜ ਗਿਆ ਖੁੱਲੇ ਮੈਦਾਨ ਚ ਮੀਟਿੰਗ ਆ ਔਰ ਡੇਰਾ ਬਾਬਾ ਨਾਨਕ ਹਲਕੇ ਦੇ ਸਾਰੇ ਲੋਕ ਨੇ ਜੇ ਜ਼ਿਲ੍ਹਾ ਪ੍ਰਧਾਨ ਨਾਲ ਕੋਈ 10-20-30 ਸਰੀਰ ਆਏ ਹੋਣਗੇ ਤਾਂ ਮੈਂ ਕਹਿ ਨਹੀਂ ਸਕਦਾ ਔਰ ਮੈਂ ਸਟੇਜ ਤੋਂ ਕਿਹਾ ਵੀ ਜਿਹੜਾ ਡੇਰਾ ਬਾਬਾ ਨਾਨਕ ਹਲਕੇ ਤੋਂ ਬਾਹਰ ਲੋਕ ਆ ਉਹ ਇੱਕ ਸਾਈਡ ਤੇ ਹੋ ਜਾਓ ਔਰ ਜਿਹੜੇ ਹਲਕੇ ਦੇ ਲੋਕ ਨੇ ਉਹ ਇੱਥੇ ਰਹੋ ਇਹ ਤਾਂ ਸਰਦਾਰ ਸੁਖਬੀਰ ਸਿੰਘ ਬਾਦ ਅੱਜ ਪੱਕੇ ਹੋ ਰਹੇ ਨੇ ਇਹ ਸਾਰੇ ਜਿਹੜੀ ਗੱਲ ਆ ਇਹਨੇ ਬੀੜਾ ਚੁੱਕਿਆ ਹੈ ਗੁਰਪ੍ਰੀਤ ਸਾਹਿਬ ਨੇ ਤੇ ਉਹਨਾਂ ਇਹ ਸੋਚਿਆ ਦੂਜਿਆਂ ਨੇ ਵੀ 4.5 ਸਾਲ ਤੇ ਕੋਈ ਉਹ ਸੁੱਤੇ ਰਹੇ ਨੇ ਤੇ ਹੁਣ ਜਦੋਂ ਇਹ ਤੁਰ ਪਿਆ ਤੇ ਉਹ ਵੀ ਆਂਦੇ ਮਾੜੀ ਮੁੱਟੀ ਇਹੀ ਗੱਲ ਕਰੀ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਚ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਵੱਖ ਵੱਖ ਧੜੇ ਇਸ ਵੇਲੇ ਪੂਰੀ ਤਰ੍ਹਾਂ ਨਾਲ ਸਰਗਰਮ ਹਨ ਇਹਨਾਂ ਵੱਖ ਵੱਖ ਧੜਿਆਂ ਵੱਲੋਂ ਅਕਾਲੀ ਦਲ ਦੀ ਮਜ਼ਬੂਤੀ ਲਈ ਤਾਂ ਕੰਮ ਕੀਤਾ ਹੀ ਜਾ ਰਿਹਾ ਹੈ ਪਰ ਆਪਣੀ ਟਿਕਟ ਪੱਕੀ ਕਰਨ ਦੇ ਲਈ ਵੀ ਸਿਰ ਤੋੜ ਯਤਨ ਕੀਤੇ ਜਾ ਰਹੇ ਹਨ ਅਤੇ ਥਾਂ ਥਾਂ ਤੇ ਮੀਟਿੰਗਾਂ ਤੇ ਰੈਲੀਆਂ ਵੀ ਕੀਤੀਆਂ ਜਾ ਰਹੀਆਂ ਹਨ ਇਸ ਦੇ ਤਹਿਤ ਅੱਜ ਲੇਬਰ ਫੈਡ ਪੰਜਾਬ ਦੇ ਚੇਅਰਮੈਨ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਵੱਲੋਂ ਨਿੱਕੇ ਘੁੰਮਣਾ ਵਿਖੇ ਇੱਕ ਵੱਡੀ ਤੇ ਵਿਸ਼ਾਲ ਮੀਟਿੰਗ ਕੀਤੀ ਗਈ ਹੈ ਇਸ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਅਤੇ ਬਾਬਾ ਬੁੱਧ ਸਿੰਘ ਨਿੱਕੇ ਘੁੰਮਣਾ ਵਾਲੇ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਨੇ ਇਸ ਮੌਕੇ ਦਾਅਵਾ ਕੀਤਾ ਹੈ ਕਿ ਅੱਜ ਦੀ ਇਸ ਵੱਡੀ ਮੀਟਿੰਗ ਵਿੱਚ ਨਰੋਲ ਹਲਕੇ ਦੇ ਲੋਕਾਂ ਦਾ ਹੀ ਵਿਸ਼ਾਲ ਇਕੱਠ ਹੋਇਆ ਹੈ ਉਧਰ ਗੁਰਬਚਨ ਸਿੰਘ ਬੱਬੇਹਾਲੀ ਨੇ ਵੀ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਦੀ ਅੱਜ ਪੂਰੀ ਤਰ੍ਹਾਂ ਨਾਲ ਪਿੱਠ ਥਾਪੜੀ ਹੈ ਉਹਨਾਂ ਕਿਹਾ ਕਿ ਡੇਰਾ ਬਾਬਾ ਨਾਨਕ ਹਲਕੇ ਦੇ ਅਕਾਲੀ ਵਰਕਰਾਂ ਦਾ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਚਟਾਨ ਵਾਂਗ ਖੜੇ ਹੋ ਕੇ ਸਾਥ ਦੇ ਰਹੇ ਹਨ ਅਤੇ ਕਾਂਗਰਸ ਦੀਆਂ ਵਧੀਕੀਆਂ ਦਾ ਜਵਾਬ ਵੀ ਦੇ ਰਹੇ ਹਨ ਔਰ ਥਾਣਿਆਂ ਬਾਈ ਜਿਹਨੇ ਇੱਥੋਂ ਦੇ ਵਜ਼ੀਰ ਸੁਖਜਿੰਦਰ ਰੰਧਾਵਾ ਨੇ ਲੋਕਾਂ ਦੇ ਪਰਚੇ ਕੀਤੇ ਸੀ ਉਹਦੇ ਸੰਬੰਧ 'ਚ ਜਾਂ ਕੁਰਕੀ ਜਿਹੜੀ ਆ ਲੋਕਾਂ ਦੀ ਜਿਹੜੀ ਆ ਬੰਦ ਕੁਰਕੀ ਆ ਉਹ ਕੁਰਕੀ ਕਰ ਰਿਹਾ ਸੀ ਉਹਦੇ ਸੰਬੰਧ 'ਚ ਅਸੀਂ ਇੱਕ ਮੋਰਚੇ ਲੋਕਾਂ ਨੂੰ ਲਾਮਬੰਦ ਕਰਨ ਵਾਸਤੇ ਮੈਂ ਲੋਕਾਂ ਤੱਕ ਜਾ ਰਿਹਾ ਔਰ ਹੁਣ 13-31 ਜਿਹੜਾ ਪ੍ਰੋਗਰਾਮ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਆ ਉਹਨੂੰ ਨਾਲੇ ਘਰ ਘਰ ਪਹੁੰਚਾਉਣ ਦਾ ਜਿਹੜੀ ਤੁਸੀਂ ਗੱਲ ਕਹੀ ਆ ਵੀ ਇਹ ਕੋਈ ਇਹ 'ਚ ਭੁਲੇਖਾ ਨਹੀਂ ਸਰਦਾਰ ਸੁਖਬੀਰ ਸਿੰਘ ਬਾਦਲ ਜਿਹਨੂੰ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਬਣਾ ਕੇ ਭੇਜਣਗੇ ਉੱਥੋਂ ਇਸ ਹਲਕੇ ਤੋਂ ਉਹ ਜਿੱਤ ਕੇ ਅਸੈਂਬਲੀ 'ਚ ਜਾਏ ਕੀ ਸਮਝਦੇ ਹੋ ਕਿ ਜਿਹੜੀ ਵੀ ਕੋਈ ਮੀਟਿੰਗ ਕੀਤੀ ਜਾ ਰਹੀ ਆ ਅਕਾਲੀ ਦਲ ਦੇ ਨੇਤਾਵਾਂ ਦੇ ਵੱਲੋਂ ਵੱਖਰੇ ਵੱਖਰੇ ਹਲਕਿਆਂ 'ਚੋਂ ਇੱਕ ਰੈਲੀਆਂ ਦਾ ਰੂਪ ਧਾਰ ਰਹੀ ਆ ਇਹਦੇ ਪਿੱਛੇ ਕਾਂਗਰਸ ਧਰੇਬੰਦੀ ਸਮਝਦੇ ਹੋ ਜਾਂ ਫਿਰ ਕਾਂਗਰਸ ਧਰੇ ਦੇਖੋ ਜੀ ਪਹਿਲੀ ਗੱਲ ਤੁਸੀਂ ਜਿਹੜੀ ਪੁੱਛੀ ਆ ਮੈਂ ਸਮਝਦਾ ਕੱਲ੍ਹ ਵੀ ਤੁਹਾਂ ਮੀਟਿੰਗ ਵੇਖੀ ਆ ਅਤੇ ਤੁਸੀਂ ਉੱਥੇ ਪ੍ਰੈਸ ਜਿਹੜੀ ਰੱਬ ਤੋਂ ਬਾਅਦ ਪ੍ਰੈਸ ਜਿਹੜੀ ਆ ਉਹ ਆਪਣਾ ਲੋਕਾਂ ਤੱਕ ਦਿੰਦੀ ਹੈ ਜਾਂ ਰੱਬ ਦਿਲ ਦੀ ਗੱਲ ਜਾਣਦਾ ਅਤੇ ਜਾਂ ਪ੍ਰੈਸ ਜਾਣਦੀ ਹੈ ਤੁਸੀਂ ਦੇਖੋ 300-400 ਬੰਦਾ ਕੱਲ੍ਹ ਹਲਕੇ ਦਾ ਸੀ ਬਾਕੀ ਕੋਈ ਮੀਟਿੰਗ ਨਹੀਂ ਹੁੰਦੀ ਇੱਕ ਘਰ 'ਚ ਸੱਜ ਗਿਆ ਖੁੱਲ੍ਹੇ ਮੈਦਾਨ 'ਚ ਮੀਟਿੰਗ ਆ ਔਰ ਡੇਰਾ ਬਾਬਾ ਨਾਨਕ ਹਲਕੇ ਦੇ ਸਾਰੇ ਲੋਕ ਨੇ ਜੇ ਜ਼ਿਲ੍ਹਾ ਪ੍ਰਧਾਨ ਨਾਲ ਕੋਈ 10-20-30 ਸਰੀਰ ਆਏ ਹੋਣਗੇ ਤਾਂ ਮੈਂ ਕਹਿ ਨਹੀਂ ਸਕਦਾ ਔਰ ਮੈਂ ਸਟੇਜ ਤੋਂ ਕਿਹਾ ਵੀ ਜਿਹੜਾ ਡੇਰਾ ਬਾਬਾ ਨਾਨਕ ਹਲਕੇ ਤੋਂ ਬਾਹਰ ਲੋਕ ਆ ਉਹ ਇੱਕ ਸਾਈਡ 'ਤੇ ਹੋ ਜਾਓ ਔਰ ਜਿਹੜੇ ਹਲਕੇ ਦੇ ਲੋਕ ਨੇ ਉਹ ਇੱਥੇ ਰਹੋ ਇਹ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਜਲਦੀ ਕਰਨਗੇ ਔਰ ਜਿਹਨੂੰ ਕਰਨਗੇ ਜਿਤਾ ਕੇ ਭੇਜਣਗੇ ਕੀ ਸਮਝਦੇ 2022 ਦੇ ਇਲੈਕਸ਼ਨ ਦੇ ਨਤੀਜੇ ਕਿਸ ਤਰ੍ਹਾਂ ਦੇ ਹੋਣਗੇ ਦੇਖੋ ਜੀ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ 'ਚ ਸਰਕਾਰ ਬਣਨੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਪਿੱਛੇ ਲੰਮਾ ਸਮਾਂ ਬਾਦਲ ਸਾਹਿਬ ਨੇ ਲੋਕਾਂ ਨੂੰ ਜੋ ਵਾਅਦੇ ਕੀਤੇ ਸੀ ਸੇਵਾ ਕੀਤੀ ਆ ਔਰ ਅੱਜ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਿਹੜੇ 13-31 ਪ੍ਰੋਗਰਾਮ ਜਿਹੜਾ ਕੀਤਾ ਸੀ ਉਹਦੇ ਵੇਖੋ ਪਰਫਾਰਮੇ ਬਣਾਏ ਨੇ ਆ ਲੋਕਾਂ ਨੂੰ ਦੇ ਰਿਹਾ ਲੋਕ ਪੜ੍ਹ ਕੇ ਉਸ ਗੱਲ 'ਤੇ ਉਹਨਾਂ ਦੇ ਮਨ 'ਤੇ ਤਸੱਲੀ ਆ ਵੀ ਜੋ ਕਿਹਾ ਉਹ ਕੀਤਾ ਜੋ ਕਹਿਣਗੇ ਉਹ ਕਰਨਗੇ ਔਰ ਉਹ ਹਰ ਇੱਕ ਪੰਜਾਬ ਦੀ ਜਨਤਾ ਹਰ ਇੱਕ ਦੇ ਉਹ ਟੱਚ ਕਰਦਾ ਵਾ ਮੁੰਦਾ 13-13 ਮੁੰਦੇ ਟੱਚ ਕਰਦੇ ਨੇ ਸਰਕਾਰ ਸ਼੍ਰੋਮਣੀ ਅਕਾਲੀ ਦਲ ਗੁਰਦਾਸਪੁਰ ਜ਼ਿਲ੍ਹੇ ਵਿੱਚ ਡੇਰਾ ਬਾਬਾ ਨਾਨਕ ਹਲਕੇ ਜਿਹੜੀ ਕੰਸਟੀਚੁਐਂਸੀ ਆ ਉੱਥੇ ਨਿੱਕੇ ਘੁੰਮਣ ਜਿਹੜੇ ਸੰਤ ਬਾਬਾ ਬ੍ਰਹਮ ਗਿਆਨੀ ਹਜ਼ਾਰਾ ਸਿੰਘ ਜੀ ਦੇ ਤਪ ਅਸਥਾਨ 'ਤੇ ਜਿਹੜਾ ਪਿੰਡ ਆ ਉੱਥੇ ਸ਼੍ਰੋਮਣੀ ਅਕਾਲੀ ਦਲ ਦੀ ਬੜੀ ਵੱਡੀ ਮੀਟਿੰਗ ਕਰਾਈ ਗਈ ਹੈ ਗੁਰਪ੍ਰਤਾਪ ਜੀ ਨੇ ਸਾਰੇ ਵਰਕਰਾਂ ਨੂੰ ਇਕੱਠੇ ਕੀਤਾ ਸੀਗਾ ਅਤੇ ਬਾਬਾ ਬੁਰ ਸਿਉਣੀ ਜੋ ਅਸਥਾਨ 'ਤੇ ਸੇਵਾ ਕਰ ਰਹੇ ਨੇ ਇਹਨਾਂ ਵੀ ਅਸ਼ੀਰਵਾਦ ਆਣ ਕੇ ਇਹ ਗੁਰਪ੍ਰਤਾਪ ਨੂੰ ਦਿੱਤਾ ਆ ਕਿ ਇਹ ਵਰਕਰਾਂ ਦੇ ਨਾਲ ਜਿਹੜਾ ਖਲੋ ਕੇ ਜੇ ਸਰਕਾਰ ਝੂਠੇ ਪਰਚੇ ਕਰ ਰਹੀ ਆ ਮੰਤਰੀ ਦਬਾ ਰਿਹਾ ਜ਼ਮੀਨਾਂ ਕੁਰ ਕਰ ਰਿਹਾ ਉਹਨਾਂ ਸਾਰਿਆਂ ਗੱਲਾਂ ਦਾ ਵਿਰੋਧ ਕਰਨ ਵਾਸਤੇ ਅੱਜ ਲੋਕਾਂ ਨੂੰ ਲਾਮਬੰਦ ਕਰ ਰਹੇ ਨੇ ਸਾਰੇ ਰਲ ਕੇ ਉਹਦੇ ਵਿੱਚ ਅਹਿਮ ਰੋਲ ਜਿਹੜਾ ਹੈ ਗੁਰਪ੍ਰਤਾਪ ਦਾ ਆ ਕਿਉਂਕਿ ਇਹਨਾਂ ਦਾ ਪਿਛੋਕੜ ਜਿਹੜਾ ਅਕਾਲੀ ਪਰਿਵਾਰ ਆ ਸੋ ਇਸ ਕਰਕੇ ਅਸੀਂ ਇੱਥੇ ਲੋਕਾਂ ਨੂੰ ਲਾਮਬੰਦ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਤਕੜੇ ਕਰਨ ਵਾਸਤੇ ਸਾਰੇ ਇਕੱਠੇ ਹੋ ਕੇ ਇੱਥੇ ਪਹੁੰਚੇ ਦੇਖੋ ਉਹ ਦੋ ਰੈਲੀਆਂ ਤਾਂ ਹੀ ਸ਼ੁਰੂ ਹੋਈਆਂ ਨੇ ਉਹਨਾਂ ਮੀਟਿੰਗਾਂ ਵੀ ਕਰਾਈਆਂ ਨੇ ਕਿ ਗੁਰਪ੍ਰਤਾਪ ਨੇ ਪਿਛਲੇ ਦਿਨੀ ਜਦੋਂ ਸੁਖਜਿੰਦਰ ਰੰਧਾਵਾ ਕਿ ਕਿਸਾਨ ਦੀ ਜ਼ਮੀਨ ਕੁਰ ਕਰਨ ਲੱਗਾ ਉਹਦਾ ਵਿਰੋਧ ਕੀਤਾ ਫਿਰ ਕਰਨ ਔਰ ਝੂਠੇ ਪਰਚੇ ਕਰਾਏ ਗਏ ਕਈ ਪਰਿਵਾਰਾਂ ਦੇ ਉਹਦਾ ਇਹਨੇ ਵਿਰੋਧ ਕੀਤਾ ਉਦੋਂ ਹੀ ਮੈਂ ਆਇਆ ਸਾਂ
ਅਤੇ ਇੱਥੇ ਵੀ ਘੁੰਮਣ ਥਾਣਾ ਜਿਹੜਾ ਇੱਥੇ ਜੋ ਵੀ ਨਜਾਇਜ਼ ਪਰਚੇ ਹੋ ਰਹੇ ਨੇ ਇਹ ਸਾਰੇ ਜਿਹੜੀ ਗੱਲ ਆ ਇਹਨੇ ਬੀੜਾ ਚੁੱਕਿਆ ਹੈ ਗੁਰਪ੍ਰਤਾਪ ਨੇ ਅਤੇ ਉਹਨਾਂ ਇਹ ਸੋਚਿਆ ਦੂਜਿਆਂ ਨੇ ਵੀ 4.5 ਸਾਲ ਤਾਂ ਕੋਈ ਉਹ ਸੁੱਤੇ ਰਹੇ ਨੇ ਅਤੇ ਹੁਣ ਜਦੋਂ ਇਹ ਤੁਰ ਪਿਆ ਤਾਂ ਉਹ ਵੀ ਕਹਿੰਦੇ ਮਾੜੀ ਮੋਟੀ ਇਹੀ ਗੱਲ ਕਰੀ। ਦੇਖੋ ਉਹ ਟਿਕਟ ਲੈਣ ਵਾਸਤੇ ਕਰ ਰਹੇ ਨੇ ਰੈਲੀ, ਇਹ ਪਾਰਟੀ ਵਾਸਤੇ ਕੰਮ ਕਰ ਰਿਹਾ, ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ, ਸ਼੍ਰੋਮਣੀ ਅਕਾਲੀ ਦਲ ਨੂੰ ਤਕੜੇ ਕਰਨ ਵਾਸਤੇ, ਕਿਉਂਕਿ ਫੈਸਲਾ ਜਿਹੜਾ ਪ੍ਰਧਾਨ ਜੀ ਨੇ ਕਰਨਾ ਅਤੇ ਇਸ ਲਈ ਇਹ ਲੋਕਾਂ ਨੂੰ ਲਾਮਬੰਦ ਕਰ ਰਿਹਾ। ਤੁਹਾਨੂੰ ਦੱਸ ਦਈਏ ਕਿ ਇਸੇ ਹਫ਼ਤੇ ਦੇ ਵਿੱਚ ਹੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਇੰਦਰਜੀਤ ਸਿੰਘ ਰੰਧਾਵਾ ਵੱਲੋਂ ਵੀ ਕਲਾਨੌਰ ਵਿਖੇ ਵਿਸ਼ਾਲ ਰੈਲੀ ਕੀਤੀ ਗਈ ਸੀ ਅਤੇ ਬੀਤੇ ਦਿਨੀ ਸੁਖਜਿੰਦਰ ਸਿੰਘ ਸੋਨੂ ਲੰਗਾ ਵੱਲੋਂ ਵੀ ਵੱਡਾ ਇਕੱਠ ਕਰਕੇ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਸੀ, ਜਿਸ ਕਰਕੇ ਹੁਣ ਸਾਰਿਆਂ ਦੇ ਨਜ਼ਰਾਂ ਸ਼੍ਰੋਮਣੀ ਅਕਾਲੀ ਦਲ ਦੀ ਹਾਈਕਮਾਂਡ ਦੇ ਉੱਪਰ ਲੱਗੀਆਂ ਹੋਈਆਂ ਹਨ ਕਿ ਆਉਂਦੇ ਦਿਨਾਂ ਵਿੱਚ ਡੇਰਾ ਬਾਬਾ ਨਾਨਕ ਹਲਕੇ ਤੋਂ ਉਹ ਕਿਸ ਨੂੰ ਪਾਰਟੀ ਦਾ ਉਮੀਦਵਾਰ ਬਣਾ ਕੇ ਇੱਥੋਂ ਭੇਜਦੇ ਹਨ। ਨਿੱਕੇ ਘੁੰਮਣਾ ਤੋਂ ਆਸ਼ਕ ਰਾਜ ਮਾਲਾ ਦੇ ਨਾਲ ਨਿਊਜ਼ ਡੈਸਕ ਤੋਂ ਡਾਕਟਰ ਰਜਿੰਦਰ ਸਿੰਘ ਦੀ ਰਿਪੋਰਟ, ਪੰਜਾਬ ਟੁਡੇ।